ਫਾਜ਼ਿਲਕਾ ਦੇ ਬਾਨ ਬਾਜ਼ਾਰ ਦੇ ਵਿੱਚ ਪਹੁੰਚੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਸਫਾਈ ਪ੍ਰਬੰਧਾਂ ਦਾ ਲਿੱਤਾ ਜਾਇਜ਼ਾ ਦੁਕਾਨਦਾਰਾਂ ਵੱਲੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਜਿਤਾਇਆ ਗਿਆ ਆਭਾਰ। ਫਾਜ਼ਿਲਕਾ ਦੇ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਲਗਾਤਾਰ ਗੰਭੀਰ ਹਨ। ਉਹਨਾਂ ਵੱਲੋਂ ਦੋ ਦਿਨ ਪਹਿਲਾਂ ਬਾਨ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਜਾਣੀਆਂ ਗਈਆਂ ਸੀ ਅਤੇ ਦੁਕਾਨਦਾਰਾਂ ਵੱਲੋਂ ਉਹਨਾਂ ਨੂੰ ਇੱਥੇ ਨਾਲੀਆਂ ਦੀ ਸਫਾਈ ਬਾਰੇ ਕਿਹਾ ਗਿਆ ਸੀ। ਇਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਨਾਲੀਆਂ ਦੀ ਸਫਾਈ ਬਾਬਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ। ਹੁਣ ਅੱਜ ਸਫਾਈ ਹੋਣ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੌਕੇ ਤੇ ਪਹੁੰਚੇ, ਜਿਨ੍ਹਾਂ ਵੱਲੋਂ ਇੱਥੇ ਮੁਆਇਨਾ ਕੀਤਾ ਗਿਆ ਅਤੇ ਦੁਕਾਨਦਾਰਾਂ ਤੋਂ ਪੁੱਛਿਆ ਗਿਆ। ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਸਫਾਈ ਕਰਵਾਉਣ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਧੰਨਵਾਦ ਕੀਤਾ ਗਿਆ। ਮੈਂ ਤਾਂ ਉਸ ਦਿਨ ਜੀ ਆਇਆ ਸੀ ਔਰ ਚੈੱਕ ਕਰ ਰਿਹਾ ਸੀ ਕਿ ਜੋ ਮੈਂ ਉਹਨਾਂ ਨੂੰ ਕਹਿ ਕੇ ਗਿਆ ਸੀ ਉਹਨਾਂ ਨੇ ਕੁਝ ਉਹਦੇ ਵਿੱਚ ਸੁਧਾਰ ਕੀਤਾ ਜਾਂ ਨਹੀਂ। ਹਾਂ, ਦੇਖਿਆ ਤਾਂ ਆ ਕੇ ਜਿੱਥੇ ਜਿੱਥੇ ਸਫਾਈ ਨਹੀਂ ਸੀਗੀ, ਨਾਲੀਆਂ ਸਾਫ਼ ਨਹੀਂ ਸੀ, ਬਹੁਤ ਗੰਦਗੀ ਫਸੀ ਹੋਈ ਸੀ ਨਾਲੀਆਂ ਦੇ ਵਿੱਚ, ਔਰ ਆ ਕੇ ਦੇਖਿਆ ਔਰ ਇਹ ਜਿਹੜਾ ਸਫਾਈ ਜਿੰਨੀ ਕੁ ਇੱਥੇ ਪਹਿਲਾਂ ਅੱਜ ਤੱਕ ਸਫਾਈਆਂ ਨਹੀਂ ਕੀਤੀਆਂ ਗਈਆਂ ਔਰ ਪੂਰੀ ਹੁਣ ਉਹ ਨਾਲੀਆਂ ਦੀ ਸਫਾਈ ਕੀਤੀ ਜਾ ਚੁੱਕੀ ਹੈ। ਮੈਂ ਤਾਂ ਇੱਥੋਂ ਲੰਘ ਰਿਹਾ ਸੀ ਔਰ ਚੈੱਕ ਕਰਨ ਲਈ ਰੁਕ ਗਿਆ, ਤੁਸੀਂ ਵੀ ਪਤਾ ਨਹੀਂ ਕਿਵੇਂ ਮੌਕੇ 'ਤੇ ਆ ਗਏ। ਤੋ ਠੀਕ ਚੱਲ ਰਿਹਾ ਕੰਮ ਔਰ ਮੁਲਾਜ਼ਮ ਨੇ ਜਿਹੜੇ ਨਗਰ ਕੌਂਸਲ ਦੇ ਉਸ ਦਿਨ ਮੀਟਿੰਗ ਕਰਕੇ ਸਾਰਿਆਂ ਨਾਲ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਸੀ, ਅਪੀਲ ਕੀਤੀ ਸੀ, ਹੁਣ ਮੁਲਾਜ਼ਮ ਸਹੀ ਕੰਮ ਕਰ ਰਹੇ ਨੇ ਔਰ ਆ ਕੇ ਪੁੱਛਿਆ ਵੀ ਇਹ ਨਾਲ ਦੇ ਦੁਕਾਨਦਾਰ ਨੇ ਉਹ ਜਿਹੜਾ ਕੰਮ ਨਗਰ ਕੌਂਸਲ ਵਾਲੇ ਸਫਾਈ ਦਾ ਕਰ ਰਹੇ ਨੇ ਵੀ ਪੂਰੇ ਸੈਟਿਸਫਾਈ ਨੇ ਔਰ ਕਿਤੇ ਵੀ ਕੋਈ ਸ਼ਹਿਰ ਦੇ ਕਿਤੇ ਵੀ ਮੁਹੱਲੇ ਦੇ ਵਿੱਚ ਕੋਈ ਵੀ ਮੁਸ਼ਕਲ ਕਿਸੇ ਨੂੰ ਪਰੇਸ਼ਾਨੀ ਹੈ, ਕਿਤੇ ਵੀ ਸਮਾਈ ਦੀ ਸਮੱਸਿਆ ਤਾਂ ਸਾਨੂੰ ਜ਼ਰੂਰ ਦੱਸੋ। ਨਗਰ ਕੌਂਸਲ ਦੇ ਵਿੱਚ ਜਾ ਕੇ EO ਸਾਹਿਬ ਬੈਠੇ ਨੇ ਸਾਡੇ, ਉਹਨਾਂ ਨੂੰ ਦੱਸਣ ਜਾਂ ਸਾਡੇ ਨਾਲ ਕਿਸੇ ਨਾਲ ਕੰਟੈਕਟ ਕਰ ਸਕਦੇ ਨੇ। ਕਿਤੇ ਵੀ ਕੋਈ ਕਿਸੇ ਨੂੰ ਪਰੇਸ਼ਾਨੀ ਆਉਂਦੀ ਸਾਨੂੰ ਦੱਸਣ, ਅਸੀਂ ਉਹ ਹੱਲ ਕਰਵਾਵਾਂਗੇ।